ਦੇਖੋ ਅਸੀਂ ਜੋ ਵੀ ਕਰਾਂਗੇ ਹਰ ਕਦਮ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਪੱਟਾਂਗੇ। ਕੱਲ੍ਹ ਵੀ ਤੁਸੀਂ ਕੱਲ੍ਹ ਮੈਨੂੰ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ, ਕੱਲ੍ਹ ਉਹਨਾਂ ਨੂੰ ਸਭ ਤੋਂ ਜ਼ਿਆਦਾ ਟਾਈਮ ਓਪੋਜੀਸ਼ਨ ਆ ਜਿਹੜੀ ਉਹਨੂੰ ਮਿਲਿਆ। ਸੋ ਬਹਿਸ ਮੁੱਦਿਆਂ 'ਤੇ ਹੋਣੀ ਚਾਹੀਦੀ ਆ, ਐਵੇਂ ਸੱਪ ਲੰਘੇ ਤੋਂ ਲੀਕ ਪਿੱਟਣ ਵਾਲਾ ਕੰਮ ਇਹ ਪਹਿਲਾਂ ਵੀ ਕਰਦੇ ਰਹੇ ਆ, ਹੁਣ ਵੀ ਕਰਦੇ, ਕਿਉਂਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕਾਰੇ ਨੇ ਉਹ ਅਸੀਂ ਕੰਡੇ ਚੁੱਕ ਰਹੇ ਹਾਂ, ਇਹਨਾਂ ਦੇ ਜੋ ਪੱਟੇ ਹੋਏ ਖੂਹ 'ਤੇ ਉਹਨਾਂ ਨੂੰ ਬੰਦ ਕਰ ਰਹੇ ਹਾਂ। ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਹਰ ਇੱਕ ਦਿਨ ਆ ਜਿਹੜਾ ਪੰਜਾਬ ਦੇ ਭਲੇ ਲਈ, ਹਰ ਇੱਕ ਕਦਮ ਹੈ ਜਿਹੜਾ ਪੰਜਾਬ ਦੇ ਹਿੱਤ ਲਈ ਪੱਟਿਆ ਜਾਂਦਾ। ਸੋ ਇਸ ਕਰਕੇ ਜਿੰਨੀ ਵੀ ਮਾਨ ਸਾਹਿਬ ਦੀ ਟੀਮ ਹੈ, ਮੁੱਖ ਮੰਤਰੀ ਸਾਹਿਬ ਦੀ ਟੀਮ ਹੈ, ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਹਮੇਸ਼ਾ ਕੰਮ ਕਰਦੀ ਆ, ਹਮੇਸ਼ਾ ਕਰਦੀ। ਇੱਕ ਇਸ਼ੂ ਤੁਹਾਡੇ ਮਹਿਕਮੇ ਨਾਲ ਸੰਬੰਧਿਤ ਹੈ, ਕੱਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਹੜੀ ਨਹਿਰ ਤੁਸੀਂ ਬਣਾ ਰਹੇ ਹੋ ਉਹ ਨਹਿਰ ਬਣਾਉਣ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ ਗੇ। ਮੇਰੀ ਸੀਨੀਅਰ ਅਫਸਰਾਂ ਨਾਲ ਗੱਲਬਾਤ ਹੋਈ ਆ, ਉਹਨਾਂ ਨੇ ਦਾਅਵਾ ਕੀਤਾ ਕਿ ਨਹਿਰ ਬਣਾਉਣੀ ਨਹੀਂ, ਤੁਸੀਂ ਸਿਰਫ ਗੱਲਾਂ ਹੀ ਹੈਗੀਆਂ ਮਾਲਵਾ ਨਹਿਰ ਵਾਲੀ। ਦੇਖੋ ਦੇਖੋ ਇਹਨਾਂ ਇਹਨਾਂ ਨੇ ਸਿਰਫ ਗੱਲਾਂ ਦਾ ਕੜਾਹ ਬਣਾਉਣਾ, ਠੀਕ ਹੈ ਯਾਰ, ਠੀਕ ਹੈ, ਇਹਨਾਂ ਨੇ ਸਿਰਫ ਗੱਲਾਂ ਦਾ ਕੜਾਹ ਬਣਾਉਣਾ, ਆਪ ਇਹਨਾਂ ਨੇ ਕੁਝ ਕੀਤਾ ਨਹੀਂ, ਸਾਨੂੰ ਕਰਦੇ ਦੇਖਣਾ ਚਾਹੁੰਦੇ ਨਹੀਂ। ਅਸੀਂ ਕਰਕੇ ਦਿਖਾਵਾਂਗੇ, ਬਾਜਵਾ ਸਾਹਿਬ ਵੀ ਇੱਥੇ ਨੇ, ਅਸੀਂ ਵੀ ਇੱਥੇ ਹਾਂ, ਔਰ ਮੈਂ ਕਿਹਾ ਸਭ ਕੁਛ ਹੋਊਗਾ, ਜਿਹੜੇ ਰਸਤੇ ਅਸੀਂ ਚੱਲ ਪਏ ਉਹ ਸਾਰਾ ਕੁਛ ਹੋਊਗਾ, ਨਹਿਰ ਵੀ ਬਣੂਗੀ, ਪੈਸਾ ਵੀ ਹੈਗਾ, ਸਾਰਾ ਕੁਛ ਹੈ। ਇਹ ਸਿਰਫ ਕੰਡੇ ਵਿਛਾਉਣਾ ਚਾਹੁੰਦੇ ਨੇ ਵੀ ਇਹ ਕਰ ਨਾ ਸਕਣ, ਕਿਉਂਕਿ ਇਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਜਿਹੜੀ ਖਿਸਕਦੀ ਆ। ਹਰਿਆਣਾ ਦਾ ਉੱਥੇ ਕੀ ਲਾ ਕੇ ਦੇਖਿਆ? ਦੇਖੋ ਇੱਕ ਮੈਂ ਕਲੀਅਰ ਕਰਨੀ ਚਾਹੁੰਦਾ, ਸਾਡੇ ਪੰਜਾਬ ਦੀ ਜ਼ਮੀਨ ਹੈ, ਅਸੀਂ ਪੰਜਾਬ ਦੀ ਜ਼ਮੀਨ ਤੇ ਜੋ ਮਰਜ਼ੀ ਕਰੀਏ, ਸਾਡਾ ਹੱਕ ਹੈ, ਸਾਡੇ ਪੰਜਾਬ ਦਾ ਹੱਕ ਹੈ। ਸੋ ਹਰਿਆਣੇ ਦਾ ਤਾਂ ਉੱਥੇ ਕੋਈ ਲਾਗਾ ਦੇਗਾ ਬਣਦਾ ਹੀ ਨਹੀਂ ਹੈ, ਉਹਨਾਂ ਨੂੰ ਕੀ ਦੱਸਣ ਅਸੀਂ ਆਪਣੇ ਪੰਜਾਬ ਦੇ ਵਿੱਚ ਜੋ ਮਰਜ਼ੀ ਕਰੀਏ? ਉਹ ਹਰਿਆਣੇ ਦੇ ਵਿੱਚ ਅਸੀਂ ਆਪਦੇ ਪੰਜਾਬ ਦਾ ਪਾਣੀ ਵਰਤ ਰਹੇ ਹਾਂ, ਆਪਦੇ ਪੰਜਾਬ ਦੇ ਪਾਣੀ ਨੂੰ ਵਰਤਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ, ਅਸੀਂ ਦੂਜੀ ਤਾਂ ਕੋਈ ਗੱਲ ਕੀਤੀ ਹੀ ਨਹੀਂ ਹੈ। ਹਜੇ ਅਸੀਂ ਪੰਜਾਬ ਦਾ ਪਾਣੀ ਵਰਤਾਂਗੇ ਜਿਹੜਾ ਸਾਡੇ ਹਿੱਸੇ ਦਾ, ਅਸੀਂ ਉਹਨੂੰ ਪਾਣੀ ਨੂੰ ਵਰਤਾਂਗੇ, ਉਹਨੂੰ ਸਾਨੂੰ ਕੌਣ ਰੋਕ ਸਕਦਾ? ਅਸੀਂ ਆਪਦੀ ਜ਼ਮੀਨ ਦੇ, ਸਾਡੇ ਪੰਜਾਬ ਦੀਆਂ ਜ਼ਮੀਨਾਂ ਨੇ, ਉਹਨਾਂ ਦੇ ਵਿੱਚ ਅਸੀਂ ਨਹਿਰ ਕੱਢਣਾ? ਫਿਰ ਇਹ 'ਚ ਮੇਰੇ ਖਿਆਲ ਆ ਨਾ ਬਾਜਵਾ ਸਾਹਿਬ ਨੂੰ ਤਕਲੀਫ ਹੋਣੀ ਚਾਹੀਦੀ ਆ, ਨਾ ਕਿਸੇ ਹੋਰ ਨੂੰ ਹੋਣੀ ਚਾਹੀਦੀ। ਦੇਖੋ ਅਸੀਂ ਜੋ ਵੀ ਕਰਾਂਗੇ ਹਰ ਕਦਮ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਭਲੇ ਲਈ ਪੱਟਾਂਗੇ। ਕੱਲ੍ਹ ਵੀ ਤੁਸੀਂ ਕੱਲ੍ਹ ਮੈਨੂੰ ਸਵਾਲ ਕੀਤਾ ਸੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ, ਕੱਲ੍ਹ ਉਹਨਾਂ ਨੂੰ ਸਭ ਤੋਂ ਜ਼ਿਆਦਾ ਟਾਈਮ ਓਪੋਜੀਸ਼ਨ ਆ ਜਿਹੜੀ ਉਹਨੂੰ ਮਿਲਿਆ। ਸੋ ਬਹਿਸ ਮੁੱਦਿਆਂ 'ਤੇ ਹੋਣੀ ਚਾਹੀਦੀ ਆ, ਐਵੇਂ ਸੱਪ ਲੰਘੇ ਤੋਂ ਲੀਕ ਪਿੱਟਣ ਵਾਲਾ ਕੰਮ ਇਹ ਪਹਿਲਾਂ ਵੀ ਕਰਦੇ ਰਹੇ ਆ, ਹੁਣ ਵੀ ਕਰਦੇ, ਕਿਉਂਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕਾਰੇ ਨੇ ਉਹ ਅਸੀਂ ਕੰਡੇ ਚੁੱਕ ਰਹੇ ਹਾਂ, ਇਹਨਾਂ ਦੇ ਜੋ ਪੱਟੇ ਹੋਏ ਖੂਹ 'ਤੇ ਉਹਨਾਂ ਨੂੰ ਬੰਦ ਕਰ ਰਹੇ ਹਾਂ। ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਹਰ ਇੱਕ ਦਿਨ ਆ ਜਿਹੜਾ ਪੰਜਾਬ ਦੇ ਭਲੇ ਲਈ, ਹਰ ਇੱਕ ਕਦਮ ਹੈ ਜਿਹੜਾ ਪੰਜਾਬ ਦੇ ਹਿੱਤ ਲਈ ਪੱਟਿਆ ਜਾਂਦਾ। ਸੋ ਇਸ ਕਰਕੇ ਜਿੰਨੀ ਵੀ ਮਾਨ ਸਾਹਿਬ ਦੀ ਟੀਮ ਹੈ, ਮੁੱਖ ਮੰਤਰੀ ਸਾਹਿਬ ਦੀ ਟੀਮ ਹੈ, ਉਹ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਹਮੇਸ਼ਾ ਕੰਮ ਕਰਦੀ ਆ, ਹਮੇਸ਼ਾ ਕਰਦੀ। ਇੱਕ ਇਸ਼ੂ ਤੁਹਾਡੇ ਮਹਿਕਮੇ ਨਾਲ ਸੰਬੰਧਿਤ ਹੈ, ਕੱਲ੍ਹ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਹੜੀ ਨਹਿਰ ਤੁਸੀਂ ਬਣਾ ਰਹੇ ਹੋ ਉਹ ਨਹਿਰ ਬਣਾਉਣ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ ਗੇ। ਮੇਰੀ ਸੀਨੀਅਰ ਅਫਸਰਾਂ ਨਾਲ ਗੱਲਬਾਤ ਹੋਈ ਆ, ਉਹਨਾਂ ਨੇ ਦਾਅਵਾ ਕੀਤਾ ਕਿ ਨਹਿਰ ਬਣਾਉਣੀ ਨਹੀਂ, ਤੁਸੀਂ ਸਿਰਫ ਗੱਲਾਂ ਹੀ ਹੈਗੀਆਂ ਮਾਲਵਾ ਨਹਿਰ ਵਾਲੀ। ਦੇਖੋ ਦੇਖੋ ਇਹਨਾਂ ਨੇ ਸਿਰਫ ਗੱਲਾਂ ਦਾ ਕੜਾਹ ਬਣਾਉਣਾ, ਠੀਕ ਹੈ ਯਾਰ, ਠੀਕ ਹੈ, ਇਹਨਾਂ ਨੇ ਸਿਰਫ ਗੱਲਾਂ ਦਾ ਕੜਾਹ ਬਣਾਉਣਾ, ਆਪ ਇਹਨਾਂ ਨੇ ਕੁਝ ਕੀਤਾ ਨਹੀਂ, ਸਾਨੂੰ ਕਰਦੇ ਦੇਖਣਾ ਚਾਹੁੰਦੇ ਨਹੀਂ।
ਅਸੀਂ ਕਰਕੇ ਦਿਖਾਵਾਂਗੇ, ਬਾਜਵਾ ਸਾਹਿਬ ਵੀ ਇੱਥੇ ਨੇ, ਅਸੀਂ ਵੀ ਇੱਥੇ ਹਾਂ, ਔਰ ਮੈਂ ਕਿਹਾ ਸਭ ਕੁਛ ਹੋਊਗਾ, ਜਿਹੜੇ ਰਸਤੇ ਅਸੀਂ ਚੱਲ ਪਏ ਉਹ ਸਾਰਾ ਕੁਛ ਹੋਊਗਾ, ਨਹਿਰ ਵੀ ਬਣੂਗੀ, ਪੈਸਾ ਵੀ ਹੈਗਾ, ਸਾਰਾ ਕੁਛ ਹੈ। ਇਹ ਸਿਰਫ ਕੰਡੇ ਵਿਛਾਉਣਾ ਚਾਹੁੰਦੇ ਨੇ ਵੀ ਇਹ ਕਰ ਨਾ ਸਕਣ, ਕਿਉਂਕਿ ਇਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਜਿਹੜੀ ਖਿਸਕਦੀ ਹੈ। ਹਰਿਆਣਾ ਦਾ ਉੱਥੇ ਕੀ ਲਾਗਤ ਦੇਖਾ ਜੀ? ਦੇਖੋ ਇੱਕ ਮੈਂ ਕਲੀਅਰ ਕਰਨੀ ਚਾਹੁੰਦਾ, ਸਾਡੇ ਪੰਜਾਬ ਦੀ ਜ਼ਮੀਨ ਹੈ, ਅਸੀਂ ਪੰਜਾਬ ਦੀ ਜ਼ਮੀਨ ਤੇ ਜੋ ਮਰਜ਼ੀ ਕਰੀਏ ਸਾਡਾ ਹੱਕ ਹੈ, ਸਾਡੇ ਪੰਜਾਬ ਦਾ ਹੱਕ ਹੈ। ਸੋ ਹਰਿਆਣੇ ਦਾ ਤਾਂ ਉੱਥੇ ਕੋਈ ਲਾਗਾ ਦੇਗਾ ਬਣਦਾ ਹੀ ਨਹੀਂ ਹੈ, ਉਹਨਾਂ ਨੂੰ ਕੀ ਦੱਸਣ ਅਸੀਂ ਆਪਣੇ ਪੰਜਾਬ ਦੇ ਵਿੱਚ ਜੋ ਮਰਜ਼ੀ ਕਰੀਏ? ਉਹ ਹਰਿਆਣੇ ਦੇ ਵਿੱਚ ਅਸੀਂ ਆਪਦੇ ਪੰਜਾਬ ਦਾ ਪਾਣੀ ਵਰਤ ਰਹੇ ਹਾਂ, ਆਪਦੇ ਪੰਜਾਬ ਦੇ ਪਾਣੀ ਨੂੰ ਵਰਤਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ, ਅਸੀਂ ਦੂਜੀ ਤਾਂ ਕੋਈ ਗੱਲ ਕੀਤੀ ਹੀ ਨਹੀਂ ਹੈ। ਹਜੇ ਅਸੀਂ ਪੰਜਾਬ ਦਾ ਪਾਣੀ ਵਰਤਾਂਗੇ ਜਿਹੜਾ ਸਾਡੇ ਹਿੱਸੇ ਦਾ, ਅਸੀਂ ਉਹਨੂੰ ਪਾਣੀ ਨੂੰ ਵਰਤਾਂਗੇ, ਉਹਨੂੰ ਤਾਂ ਸਾਨੂੰ ਕੌਣ ਰੋਕ ਸਕਦਾ? ਅਸੀਂ ਆਪਦੀ ਜ਼ਮੀਨ ਦੇ, ਸਾਡੇ ਪੰਜਾਬ ਦੀਆਂ ਜ਼ਮੀਨਾਂ ਨੇ, ਉਹਨਾਂ ਦੇ ਵਿੱਚੋਂ ਅਸੀਂ ਨਹਿਰ ਕੱਢਣਾ? ਫਿਰ ਇਹ 'ਚ ਮੇਰੇ ਖਿਆਲ ਨਾ ਬਾਜਵਾ ਸਾਹਿਬ ਨੂੰ ਤਕਲੀਫ ਹੋਣੀ ਚਾਹੀਦੀ ਆ, ਨਾ ਕਿਸੇ ਹੋਰ ਨੂੰ ਹੋਣੀ ਚਾਹੀਦੀ।